ਖਬਰਾਂ ਤੋਂ ਪਹਿਲਾਂ ਆਪਾਂ ਰਾਜਕਰਵੀ ਸਿੰਘ ਜਿੰਨੇ ਵੀ ਸਾਡੇ ਪੰਜਾਬੀ ਰੇਡੀਓ ਯੂਐਸਏ ਦੇ ਸਰੋਤੇ ਆ ਖਾਸ ਕਰਕੇ ਸਟਾਕਟਨ ਲੈਥਰੋਪ ਟ੍ਰੇਸੀ ਮੰਟਿਕਾ ਟਰਲਰ ਕਮੈਂਡਸਟੋ ਤੇ ਮਰਸਡ ਏਰੀਏ ਦੇ ਆ ਉਹਨਾਂ ਲਈ ਆਪਾਂ ਖੁਸ਼ਖਬਰੀ ਦੇਣੀ ਆ ਕਿ ਤੁਸੀਂ ਕਾਰਾਂ ਦੇ ਵਿੱਚ ਹੁਣ 920 ਐਮ ਤੇ ਪਲੱਸ ਘਰ ਵੀ ਤੇ ਇਸੇ ਤਰ੍ਹਾਂ ਜਿਹੜੇ ਲੋਕ ਟ੍ਰੇਸੀ ਮੰਟਿਕਾ ਲੈਥਰੋਪ ਚ ਰਹਿੰਦੇ ਆ ਉਹ ਐਫਐਮ 107.1 ਐਫਐਮ ਰੇਡੀਓ ਸਟੇਸ਼ਨ ਦੇ ਉੱਤੇ ਤੇ ਮੋਡੇਸਟੋ ਦੇ ਵਿੱਚ 92.3 FM ਤੇ ਤੁਸੀਂ ਇਹ ਜੋ ਪੰਜਾਬੀ ਰੇਡੀਓ ਯੂਐਸਏ ਦੇ ਲਾਈਵ ਪ੍ਰੋਗਰਾਮ ਸੁਣ ਸਕਦੇ ਆ ਬਹੁਤ ਬਹੁਤ ਸਾਡੇ ਸਰੋਤੇ ਕਹਿੰਦੇ ਆ ਵੀ ਤੁਹਾਡਾ 1170 ਸਟੇਸ਼ਨ ਜਿਹੜਾ ਬਹੁਤ ਸਟ੍ਰੌਂਗ ਆ ਇਧਰੋਂ ਜੂਬਾ ਸਿਟੀ ਸੈਕਰਮੈਂਟੋ ਤੋਂ ਲੈ ਕੇ ਮੋਡੇਸਟੋ ਸਟਾਕਟਨ ਤੇ ਫ੍ਰਿਜ਼ਨੋ ਤੱਕ ਚੱਲਦਾ ਆ ਪਰ ਬਹੁਤ ਜਿੰਨੇ ਵੀ ਇਹ ਐਮ ਸਟੇਸ਼ਨ ਹੁੰਦੇ ਰਾਤ ਨੂੰ ਉਹਨਾਂ ਦੀ ਪਾਵਰਸ ਘਟ ਜਾਂਦੀ ਆ ਪੰਜਾਬੀ ਰੇਡੀਓ ਯੂਐਸਏ ਦੀ ਕਮਾਲ ਇਹ ਆ ਕਿ ਸਾਡੇ ਜਿਹੜੇ ਲਿਸਨਰਸ ਆ 90 ਤੋਂ 95% ਉਹ ਘਰਾਂ ਦੇ ਵਿੱਚ ਬਹੁਤ ਰੇਡੀਓ ਸੁਣਦੇ ਆ ਆਪਾਂ ਤੁਹਾਡੇ ਨਾਲ ਬਹੁਤ ਵਾਰੀ ਅਸੀਂ ਸਾਂਝੀਆਂ ਕਰ ਚੁੱਕੇ ਹਾਂ ਵੀ ਕਈ ਘਰਾਂ ਦੇ ਵਿੱਚ ਤਾਂ ਪੰਜ-ਪੰਜ ਰੇਡੀਓ ਸੈਟ ਹੋਣੀ ਰੱਖਿਓ ਆ ਕਿਚਨ ਚ ਵੀ ਲਿਵਿੰਗ ਰੂਮ ਚ ਵੀ ਆਪਣੇ ਸੌਣ ਵਾਲੇ ਰੂਮ ਚ ਵੀ ਇਵਨ ਟੋਦਕੇ ਕਈਆਂ ਨੇ ਸਾਨੂੰ ਦੱਸਿਆ ਜੀ ਬਾਥਰੂਮ ਚ ਵੀ ਰੱਖਿਓ ਆ ਸੋ ਇਸ ਕਰਕੇ ਇਹ ਜਿਹੜੇ ਰੇਡੀਓ ਸਟੇਸ਼ਨ ਸਾਨੂੰ ਲੈਣੇ ਪਏ ਤਾਂ ਕਿ ਕੋਈ ਵੀ ਪ੍ਰੋਗਰਾਮ ਜਿਹੜਾ ਆ ਮਿਸ ਨਾ ਹੋਵੇ ਸੋ ਪਹਿਲਾਂ ਮੈਂ ਥੋੜਾ ਜਿਹਾ ਦੱਸਦਾ ਜਾਵਾਂ ਜਿੰਨੇ ਵੀ ਜਿਹੜੇ ਸਾਡੇ ਰੇਡੀਓ ਸਟੇਸ਼ਨ ਆ ਤੁਸੀਂ ਜਦੋਂ ਕੈਨੇਡਾ ਵਾਲੀ ਸਾਈਡ ਤੋਂ ਰੈਡਿੰਗ ਵਾਲੀ ਸਾਈਡ ਤੋਂ ਇਧਰੋਂ 5 ਤੋਂ ਆਨੇ ਹੈਗੇ ਆ ਯੂਬਾ ਸਿਟੀ ਦਾ ਜਿਹੜਾ ਸਟੇਸ਼ਨ ਆ 1450 ਏਐਮ ਤੇ 104.5 ਸੌਰੀ 96.5 ਐਫਐਮ ਯੂਬਾ ਸਿਟੀ ਚ ਸੁਣ ਸਕਦੇ ਹੋ ਉਸ ਤੋਂ ਅੱਗੇ ਫਿਰ ਤੁਸੀਂ ਸੈਕਰਮੈਂਟੋ ਚ ਆ ਜਾਂਦੇ ਆ ਔਰ ਜਿੱਥੋਂ ਹੀ ਉਹ ਖਤਮ ਹੁੰਦਾ ਨਾਲ ਹੀ ਸੈਕਰਮੈਂਟੋ ਦਾ ਸ਼ੁਰੂ ਹੋ ਜਾਂਦਾ 1470 ਏਐਮ ਤੇ 105.9 ਐਫਐਮ ਇਹ ਐਲ ਗਰੁੱਪ ਦੇ ਵਿੱਚ ਸੈਕਰਾਮੈਂਟੋ ਇਹ ਤੁਸੀਂ ਗੋਲਟ ਤੱਕ ਸੁਣ ਸਕਦੇ ਆ ਉਸ ਤੋਂ ਅੱਗੇ ਹੁਣ ਤੁਸੀਂ 920 ਐਮ ਜਿਹੜਾ ਸਟਾਕਟਨ ਵਾਲਾ ਟ੍ਰੇਸੀ ਮੰਟੀਕੇ ਵਾਲਾ ਏਰੀਆ ਸਾਰਾ ਅਪ ਟੂ ਚੋਚ ਮਰਸਡ ਤੱਕ ਤੇ ਨਾਲ ਦੀ ਨਾਲ ਜਿਹੜੇ ਦੋ ਮੈਂ ਤੁਹਾਨੂੰ ਐਫ ਐਮ ਸਟੇਸ਼ਨ ਦੱਸੇ ਹੈਗੇ ਆ 107.1 ਐਫ ਐਮ ਤੇ 92.3 ਐਫ ਐਮ ਇਹ ਨਾਲ ਦੀ ਨਾਲ ਤੁਸੀਂ ਸੁਣ ਸਕਦੇ ਆ ਇਸ ਤੋਂ ਅੱਗੇ ਆ ਕੇ ਫ੍ਰਿਜ਼ਰੋ ਵਾਲਾ ਜਿਹੜਾ ਏਰੀਆ ਆ ਜਾਂਦਾ ਉੱਥੇ ਸਾਡਾ ਜਿੰਨਸ ਸਟੇਸ਼ਨ ਆ 1300 AM ਤੇ ਨਾਲ ਦੀ ਨਾਲ 104.5 FM ਇਹ ਫ੍ਰਿਜਨੋ ਵਾਲਾ ਇਹ ਸਾਰਾ ਫ੍ਰਿਜਨੋ ਦਾ ਏਰੀਆ ਤੁਸੀਂ ਮਰਸਡ ਤੋਂ ਲੈ ਕੇ ਇਹ ਟੁਲੇਰੀ ਤੱਕ ਬੜੇ ਕਲੀਅਰਲੀ ਸੁਣ ਸਕਦੇ ਹੋ ਘਰਾਂ ਦੇ ਵਿੱਚ ਵੀ ਸਾਰਿਆਂ ਦੇ ਰੇਡੀਓ ਸੈਟਸ ਆ ਇਧਰ ਹਾਈਵੇ 5 ਦੇ ਉੱਤੇ ਵੀ 1170 ਜਿਹੜਾ ਆ ਉਹ ਸੈਨੋਜ਼ੇ ਵਾਲਾ ਸਾਡਾ ਸਟੇਸ਼ਨ ਆ ਸਭ ਤੋਂ ਸਟਰੋਂਗ ਆ 50000 ਵਾਟ ਦਾ ਉਹ ਤੁਸੀਂ ਪੂਰਾ ਜਿਹੜਾ ਬੇ ਏਰੀਆ ਆ ਜਦ ਵੀ ਆਨੇ ਹੈਗੇ ਆ ਇਧਰੋਂ ਆਪਣੇ ਸੈਕਰਮੈਂਟੋ ਤੋਂ ਹੀ ਉਰੇੋਂ ਸ਼ੁਰੂ ਹੋ ਜਾਂਦਾ ਹੈਗਾ ਪ੍ਰਿਜ਼ਨੋ ਦੇ ਲਾਗੇ ਤੱਕ ਬੇਅਰੀਆ ਸਾਰਾ ਕਵਰ ਹੁੰਦਾ ਮੋਡੇਸਟੋ ਮੰਟੀਕੇ ਤੱਕ ਸਾਰਾ ਤੁਸੀਂ ਜਿਹੜਾ ਦਿਨ ਦੇ ਟਾਈਮ ਸੁਣ ਸਕਦੇ ਆ ਰਾਤ ਦੇ ਟਾਈਮ ਪੂਰੇ ਬੇਅਰੀਆ ਸੁਣ ਸਕਦੇ ਆ ਕਿਉਂਕਿ ਰਾਤ ਦੇ ਟਾਈਮ ਜਿਹੜੀ ਪਾਵਰ ਆ ਉਹ 10000 ਵਾਟ ਰਜੈਂਦੀ ਦਿਨ ਨੂੰ 50000 ਵਾਟ ਹੁੰਦੀ ਆ ਇਸੇ ਤਰ੍ਹਾਂ ਫਿਰ ਬੇਕਰਸਫੀਲਡ ਜਿੱਥੋਂ ਟਲੈਰੀ ਤੋਂ ਹੀ ਖਤਮ ਹੋਣ ਲੱਗਦਾ ਹੈ ਉੱਥੋਂ ਫਿਰ ਬੇਕਰਫੀਲਡ ਦਾ ਜਿਹੜਾ 1350 ਐਮ ਤੇ 105.9 ਐਫਐਮ ਬੇਕਰਸਫੀਲਡ ਆ ਉਹ ਸ਼ੁਰੂ ਹੋ ਜਾਂਦਾ ਹੈਗਾ ਸੋ ਇਹ ਇਸੇ ਤਰ੍ਹਾਂ ਜੋ ਆਪਾਂ ਦੱਸਿਆ ਤੁਹਾਨੂੰ ਆਪਣੀ ਜਿਹੜੇ ਨਵੇਂ ਸਟੇਸ਼ਨ ਲਾਏ ਆ ਸੋ ਸਾਰੇ ਜਿੰਨੇ ਵੀ ਸਾਡੇ ਕਿਉਂਕਿ ਇਹਦਾ ਮੇਨ ਕਾਰਨ ਇਹ ਹੈ ਵੀ ਮੰਟੀਕਾ ਇਹ ਇਸ ਟਾਈਮ ਜੁਬਾ ਸਿਟੀ ਤੋਂ ਬਾਅਦ ਜੇ ਦੇਖਿਆ ਜਾਵੇ ਸਭ ਤੋਂ ਵੱਡੀ ਪਾਪੂਲੇਬੀਆ ਦੀ ਮੰਟੀਕੇ ਦੇ ਵਿੱਚ ਹੈਗੀ ਹੈ ਮੰਟੀਕਾ ਲੈਥਰੋਪ ਇਹ ਸਾਰੇ ਏਰੀਆ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਪੰਜਾਬੀ ਕਮਿਊਨਿਟੀ ਇਸੇ ਕਰਕੇ ਆਪਾਂ ਨੂੰ ਇਹ ਜਿਹੜਾ ਸਟੇਸ਼ਨ ਲੈਣਾ ਪਿਆ ਹੁਣ ਕਿਸੇ ਦੀ ਕੋਈ ਕੰਪਲੇਨ ਨਹੀਂ ਹੋਣੀ ਚਾਹੀਦੀ ਕਿਉਂਕਿ ਲਗਭਗ ਨਾਰਥਰਨ ਕੈਲੀਫੋਰਨੀਆ ਦਾ ਸਾਰੇ ਦਾ ਸਾਰਾ ਏਰੀਆ ਜਿਹੜਾ ਹੈ ਹੁਣ ਇਹ ਕਵਰ ਹੋ ਗਿਆ ਹੈ ਜੀ ਬਿਲਕੁਲ ਜੀ ਸੋ ਬਹੁਤ ਸਾਰਿਆਂ ਨੂੰ ਜਿਹੜੀ ਉੱਥੇ ਵਧਾਈ ਹੈ ਲਾਸਟ ਟਾਈਮ ਆਪਾਂ ਜਦੋਂ ਮਨੈਸਟੋ ਸੀਰੀਜ਼ ਗੁਰੂ ਘਰ ਵੀ ਗਏ ਸੀਗੇ ਤਾਂ ਕਾਫੀ ਲੋਕ ਚਾਹੁੰਦੇ ਸੀਗੇ ਵੀ ਲੋਕਲ ਉੱਥੇ ਜਿਹੜਾ ਉਹ ਹੋਵੇ ਸੋ ਹੁਣ ਸਟਾਕਟਨ ਤੋਂ ਲੈ ਕੇ ਮਰਸੈਡ ਤੱਕ ਟ੍ਰੇਸੀ ਮੰਟੀਕਾ ਜਿੱਥੇ ਕਾਫੀ ਕਹਾਣੀ ਪਾਪੂਲੇਸ਼ਨ ਆ ਟਰਲਕ ਦਾ ਜਿਹੜਾ ਇਲਾਕਾ ਮੋਡੇਸਟੋ ਦਾ ਜਿਹੜਾ ਇਲਾਕਾ ਲੈਥਰੋਪ ਫ੍ਰੈਂਚ ਕੈਂਪ ਜਿੰਨੇ ਵੀ ਜਿਹੜੇ ਇਹ ਸ਼ਹਿਰ ਇੱਥੇ ਆਉਂਦੇ ਆ ਸਾਰਿਆਂ ਦੇ ਲਈ ਇਹ ਜਿਹੜੀ ਖੁਸ਼ਖਬਰੀ ਆ ਲਵਿੰਗਸਟਨ ਵਾਲੇ ਸਾਰੇ ਜਾਣੇ ਪਰਸੈਡ ਐਟ ਵਾਟਰ ਜਿੰਨੇ ਵੀ ਆਲੇ ਦੁਆਲੇ ਵਿਚਾਰੇ ਜਿਹੜੇ ਸ਼ਹਿਰ ਹੁੰਦੇ ਆ ਉੱਥੇ ਹੁਣ ਤੁਸੀਂ ਪੰਜਾਬੀ ਰਿਡੀਓ ਯੂਐਸਏ ਨੂੰ 920 AM ਦੇ ਉੱਤੇ ਸੁਣ ਸਕਦੇ ਆ ਤੇ ਬਿਲਕੁਲ 107.1 FM ਮੰਟਿਕਾ ਦੇ ਇਲਾਕੇ ਦੇ ਵਿੱਚ ਤੇ ਮਡੈਸਟੋ ਦੇ ਇਲਾਕੇ ਚ 92.3 FM ਤੇ ਜਿਹੜੋ ਸੀ ਸੁਸਕਦੇ ਆ ਉਹ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਲੰਮੇ ਅਰਸੇ ਤੋਂ ਇੱਕ ਦਹਾਕੇ ਤੋਂ ਵੀ ਵੱਧ ਤੋਂ ਪੰਜਾਬੀ ਰਡੀ ਯੂਐਸਏ ਦੀ ਸਪੋਰਟ ਕਰ ਰਹੀ ਹੈ ਸਹਿਯੋਗ ਕਰ ਰਹੀ ਹੈ ਸੋ ਉਸ ਚੀਜ਼ ਦੇ ਲਈ ਸੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਇਦਾਂ ਹੀ ਉਮੀਦ ਕਰਦੇ ਆ ਵੀ ਤੁਹਾਡੇ ਲਈ ਵਧੀਆ ਤੋਂ ਵਧੀਆ ਪ੍ਰੋਗਰਾਮ मां ਜਿਹੜੀ ਭਾਈਚਾਰੇ ਨੂੰ ਉੱਤੇ ਚੱਕਣ ਦੀ ਗੱਲ ਤੇ ਭਾਈਚਾਰੇ ਦੇ ਵਿੱਚ ਜੋ ਸਮੱਸਿਆਵਾਂ ਆ ਉਸ ਨੂੰ ਉਜਾਗਰ ਕਰੀਏ ਤੇ ਤਾਂ ਜੋ ਉਸ ਸਮੱਸਿਆਵਾਂ ਜਿਹੜੀਆਂ ਆਪਣੀਆਂ ਹੱਲ ਹੋਣ ਤੇ ਆਪਾਂ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰੀਏ ਚਾਹੇ ਉਹ ਪੰਜਾਬ ਦੇ ਮਸਲੇ ਆ ਤੇ ਚਾਹੇ ਇੱਥੇ ਹੁੰਦੇ ਲੋਕਲ ਜਿਹੜੇ ਮਸਲੇ ਆ ਉਸ ਨੂੰ ਜਿਹੜਾ ਉਹ ਲੈ ਕੇ ਤਾਂ ਜੋ ਆਪਣੇ ਸਰੋਤੇ ਆ ਉਹ ਹਰ ਇੱਕ ਚੀਜ਼ ਤੋਂ ਵਾਕਫ ਰੈਂ ਸੋ ਸੋ ਬਿਲਕੁਲ ਰਾਜਨਮ ਜੀ 2010 ਦੇ ਵਿੱਚ ਪੰਜਾਬੀ ਰੇਡੀਓ ਯੂਐਸਏ ਸ਼ੁਰੂ ਹੋਇਆ ਸੀ ਸਾਰੇ ਜਿਹੜੇ ਪੁਰਾਣੇ ਜੁੜੇ ਹੋਏ ਆ ਸਾਡੇ ਨਾਲ 13 ਸਾਲਾਂ ਚ ਪੰਜਾਬੀ ਰੇਡੀਓ ਯੂਐਸਏ ਨੇ ਤੁਹਾਡੇ ਸਹਿਯੋਗ ਨਾਲ ਬਹੁਤ ਤਰੱਕੀ ਕੀਤੀ ਹੈ ਇਸ ਟਾਈਮ ਪੰਜਾਬੀ ਰੇਡੀਓ ਯੂਐਸਏ ਦੇ 14 ਏਐਮ ਤੇ ਐਫਐਮ ਰੇਡੀਓ ਸਟੇਸ਼ਨਸ ਹੈਗੇ ਆ ਸੋ ਸਾਡਾ ਮੋਟੋ ਉਹੀ ਆ ਯੂਨਾਈਟਿੰਗ ਪੰਜਾਬੀਜ਼ 올ਓਵਰ ਪੇ ਜਿੱਥੇ ਵੀ ਪੰਜਾਬੀ ਆ ਜਿਹੜੇ ਮਰਜ਼ੀ ਮੁਲਕ ਦੇ ਹੈਗੇ ਆ ਚਾਹੇ ਉਹ ਪੰਜਾਬ ਚੜ੍ਹਦੇ ਪੰਜਾਬ ਦੇ ਆ ਚਾਹੇ ਨਿੰਦੇ ਪੰਜਾਬ ਦੇ ਆ ਚਾਹੇ ਕਿਨੀਆਂ ਬੋਰਨਾ ਚਾਹੇ ਕਿਤੇ ਦੇ ਵੀ ਆ ਅਮਰੀਕਾ ਕੈਨੇਡਾ ਦੇ ਆਪਾਂ ਸਾਰਿਆਂ ਨੂੰ ਜੁਨਾਈਟ ਕਰਨਾ ਹੈਗਾ ਕਿਉਂਕਿ ਪੰਜਾਬੀਆਂ ਦੀ ਜਿਹੜੀ ਆ ਇੱਕ ਵੌਇਸ ਹੋਵੇ